ਕਾ ਸਭ ਦੇਣਾ ਸਭ ਆਪਣੀ ਪ੍ਰਿੰਟ ਮੀਡੀਆ ਭੇਜਣਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਤੇਜਵੰਤ ਸਿੰਘ ਜੀ ਡੇਰਾ ਮੁਖੀ ਸੰਤਪੁਰਾ ਡੰਨਾ ਦੀ ਸਰਪ੍ਰਸਤੀ ਹੇਠ ਸੰਤ ਗੁਰਬਖਸ਼ ਸਿੰਘ ਜੀ ਡੰਨਾ ਦੀ ਸਾਲਾਨਾ ਯਾਦ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਮਾਨਾ ਵਿਖੇ ਦਿਨ ਐਤਵਾਰ 16 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਹਦੇ ਵਿੱਚ ਜੰਮੂ ਤੋਂ ਇਲਾਵਾ ਬਾਹਰ ਤੋਂ ਜੋ ਪ੍ਰਮੁੱਖ ਹਸਤੀਆਂ ਇਹਦੇ ਵਿੱਚ ਸ਼ਰੀਕ ਕਰ ਰਹੀਆਂ ਸ਼ਾਮਿਲ ਹੋ ਰਹੀਆਂ ਹਨ, ਉਹ ਹਨ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਭਾਈ ਦਲਵੀਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਇਸ ਦੇ ਇਲਾਵਾ ਵਿਸ਼ੇਸ਼ ਤੌਰ 'ਤੇ ਜੋ ਡਾਕਟਰ ਜਸਪਾਲ ਸਿੰਘ ਜੀ ਫਾਰਮਰ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਪਹੁੰਚ ਕੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਨਿਹਾਲ ਕਰਨਗੇ, ਇਸ ਦੇ ਇਲਾਵਾ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ ਪ੍ਰਚਾਰਕ ਪੰਜਾਬ ਤੋਂ ਆ ਰਹੇ ਹਨ। ਜੰਮੂ ਵਾਸੀਆਂ ਲਈ ਔਰ ਖਾਸ ਕਰਕੇ ਸਿੱਖ ਸੰਗਤ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਮਾਨਾ ਵਿਖੇ ਪਹੁੰਚ ਕੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਓ ਅਤੇ ਉੱਥੇ ਫਰੀ ਟਰਾਂਸਪੋਰਟ ਦੀ ਟਰੱਸਟ ਵੱਲੋਂ ਲੋਕਾਂ ਦੇ ਆਉਣ ਜਾਣ ਦੇ ਲਈ ਉਧਮਪੁਰ ਤੋਂ ਕਠੂਆ ਤੋਂ ਔਰ ਜੰਮੂ ਤੋਂ ਵਿਸ਼ੇਸ਼ ਬੱਸਾਂ ਫਰੀ ਚਲਾਈਆਂ ਜਾ ਰਹੀਆਂ ਹਨ ਤੋ ਉਸਦਾ ਲਾਭ ਲੈ ਕੇ ਵੱਧ ਤੋਂ ਵੱਧ ਗਿਣਤੀ 'ਤੇ ਉੱਥੇ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਦੀ ਫਤਿਹ।